अस्सलाम वालेकुम गाइस, की हाल चाल है? उम्मीद है सब ठीक ठाक होवोगे। तुसीं देख रहे हो मौसम दे तासुरात, मौसम दे तासुरात बहुत ही खतरनाक किस्म दे ठंडे ने। ते ठंड इन्नी ज़्यादा कुछ समझ नहीं आती। अज तक करने हैं फिर जी ब्लॉग शुरू। सब तो पहले तुहानू असीं मिलाने अपने फनी दोस्तों के नाल, उन्होंने चल के गुफ्तगू करते हैं थोड़ी जी। ठंड ने मत मार दी है, ठंड ने मत मार दी है। चल झूठा ਮੌਸਮ ਭਾਈ ਦਾ ਮੂੰਹ ਵੇਖਿਓ ਹੈ, ਐਡਾ ਵੱਡਾ ਮੂੰਹ ਹੈ। ਕੋਈ ਇਹਨਾਂ ਦੀ ਦੁਕਾਨ ਤੇ ਗਾਹਕ ਆਈਏ ਤੇ ਉਹ ਦੂਰੀ ਟੁੱਟ ਜਾਂਦਾ, ਅੱਗੇ ਰਸ਼ ਬੜਾ ਪਿਆ ਆਦਾ। ਜਿੱਡਾ ਤੇਰਾ ਜਿੱਡਾ ਤੇਰਾ ਤੇਰਾ ਕਿੱਡਾ ਗਏ। ਮੌਸਮ ਭਾਈ ਦੇਖਦੇ ਨੇ ਬਾਹਰ ਟੁੱਟ ਗਏ ਤੇ ਕੀਮ ਕੋ ਬਾਹਰ ਚੜ੍ਹਨ ਗਿਆ। ਕੀਮ ਕਹਿੰਦਾ ਭਾਈਆ ਮੇਰੀ ਬਾਹਰ ਚਾੜ ਦੇ, ਕਹਿੰਦਾ ਬਾਅਦ ਮੇਰਾ ਬਾਹਰ ਚਾੜ ਦੇ, ਮੈਂ ਉਂਗਲੀ ਚਾੜ ਸਕਦਾ। ਐਂਡਾ ਬੰਦਾ ਭਾਰਾ ਬਾਹਰ ਬੈਠਾ ਹੋਇਆ ਨਾ ਤੇ ਇਹਦੇ ਪਿੱਛੇ ਲੋਟਾ ਰੱਖ ਜਾਂਦੇ ਨੇ। ਹਾਂਜੀ ਬਿਲਾ ਜੀ, ਅਸ਼ੀ ਦਾਸ ਭਾਈ ਦਾ ਮੂੰਹ ਵੇਖਿਆ ਹਾਂਜੀ, ਜਿਹਨੇ ਕਿਲੋ ਵਾਲੇ ਮਠਿਆਈ ਦੇ ਡੱਬੇ 'ਚ ਅੰਡਾ ਵਾਲਾ ਰਸਗੁੱਲਾ ਨਹੀਂ ਭੱਜ ਜਾਂਦਾ ਤੇ ਐਂ ਕੇ ਮੱਖੀਆਂ ਮਾਰ ਦਿੰਦੇ ਨੇ। ਕਿਲੋ ਵਾਲੇ ਡੱਬੇ ਦੇ ਵਿੱਚ ਛੋਟਾ ਜਿਹਾ ਰਸਗੁੱਲਾ ਹੈ। ਸੌ ਬੋਰੀਆਂ ਨਾ ਇਹਦੀਆਂ ਨਾਚ ਦੀਆਂ ਤੇ ਅੱਗੇ ਨਾਚ ਦਾ ਗੋਦਾਮ ਹੋਏ ਨਾ ਤੇ 100 ਬੋਰੀਆਂ ਤੇ ਲਾਸਟ ਵਾਲੀ ਬੋਰੀ ਚੁੱਕੇ ਨਾ ਤੇ ਉਹਦੇ ਪਿੱਛੋਂ ਐਂ ਦੀ ਚੂਈ ਨਿਕਲਦੀ ਹੈ। ਗਜਬ ਬੇਇੱਜ਼ਤੀ ਹੈ।